ਸਤਿ ਸ਼੍ਰੀ ਅਕਾਲ ਦੋਸਤੋ ਸੀਬਰਡ ਵੱਲੋਂ ਮੈਂ ਅਵਰਿੰਦਰ ਸਿੰਘ ਤੇ ਮੈਂ ਅਮਰਜੀਤ ਸਿੰਘ ਅਸੀਂ ਇਹ ਵੀਡੀਓ ਸਪੈਸ਼ਲੀ ਆਸਟ੍ਰੇਲੀਆ ਦੇ ਲਈ ਲੈ ਕੇ ਆਏ ਹਾਂ ਕਿਉਂਕਿ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੇ ਬਾਰੇ ਬੱਚਿਆਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਅਸੀਂ ਆਪਣੀਆਂ ਸਕਸੈਸ ਸਟੋਰੀਜ਼ ਤਾਂ ਅਕਸਰ ਹੀ ਸ਼ੇਅਰ ਕਰਦੇ ਰਹਿੰਦੇ ਹਾਂ ਪਰੰਤੂ ਇਹ ਜਿਹੜੀ ਵੀਡੀਓ ਹੈ ਇਹ ਅਸੀਂ ਸਿਰਫ ਤੇ ਸਿਰਫ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਦੇ ਲਈ ਲੈ ਕੇ ਆ ਰਹੇ ਹਾਂ ਸੋ ਦੋਸਤੋ ਆਪਾਂ ਅਮਰਜੀਤ ਸਰ ਤੋਂ ਕੁਛ ਕੁਐਸਚਨਸ ਪੁੱਛਦੇ ਹਾਂ ਉਮੀਦ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਰਾਹੀਂ ਮਿਲ ਜਾਣਗੇ ਸੋ ਅਮਰਜੀਤ ਸਰ ਸਭ ਤੋਂ ਪਹਿਲਾ ਕੁਐਸਚਨ ਬੱਚੇ ਦਾ ਹੁੰਦਾ ਹੈ ਕਿ ਮੈਂ ਯੂਨੀਵਰਸਿਟੀ ਅਪਲਾਈ ਕਰਾਂ ਜਾਂ ਮੈਂ ਕਾਲਜ ਦੇ ਵਿੱਚ ਅਪਲਾਈ ਕਰਾਂ ਸਰ ਦੇਖੋ ਅਸੀਂ ਯੂਨੀਵਰਸਿਟੀਜ਼ ਵੀ ਆਲਵੇਜ਼ ਪ੍ਰਮੋਟ ਕਰਦੇ ਹਾਂ ਅਤੇ ਕਾਲਜ ਵੀ ਪ੍ਰਮੋਟ ਕਰਦੇ ਹਾਂ ਸਾਡੇ ਆਸਟ੍ਰੇਲੀਆ ਦੇ ਹਰ ਇੱਕ ਲੋਕੇਸ਼ਨ ਦੇ ਵਿੱਚ ਯੂਨੀਵਰਸਿਟੀਜ਼ ਵੀ ਹੈਗੀਆਂ ਨੇ ਅਤੇ ਕਾਲਜ ਵੀ ਹੈਗੇ ਜਿਹੜਾ ਸਟੂਡੈਂਟ ਯੂਨੀਵਰਸਿਟੀ ਦੀ ਪ੍ਰੋਫਾਈਲ ਦੇ ਵਿੱਚ ਐਲੀਜੀਬਲ ਕਰਦਾ ਹੈ ਅਸੀਂ ਡੈਫੀਨੇਟਲੀ ਉਸਨੂੰ ਯੂਨੀਵਰਸਿਟੀ ਦੀ ਆਪਸ਼ਨ ਪ੍ਰੋਵਾਈਡ ਕਰਦੇ ਹਾਂ ਇਸ ਤੋਂ ਇਲਾਵਾ ਜਿਹੜਾ ਸਟੂਡੈਂਟ ਯੂਨੀਵਰਸਿਟੀ ਦੀ ਬਜਾਏ ਕਾਲਜ ਨੂੰ ਪ੍ਰੈਫਰ ਕਰਦਾ ਜਾਂ ਕਿ ਕਿਉਂਕਿ ਕਈ ਵਾਰੀ ਯੂਨੀਵਰਸਿਟੀ ਦੀ ਫੀਸ ਜ਼ਿਆਦਾ ਹੁੰਦੀ ਹੈ ਸਟੂਡੈਂਟ ਅਫੋਰਡ ਨਹੀਂ ਕਰਦਾ ਉਹ ਸਟੂਡੈਂਟ ਨੂੰ ਅਸੀਂ ਕਾਲਜ ਦੇ ਲਈ ਕਰਦੇ ਹਾਂ ਬਟ ਜਿਹੜਾ ਕਾਲਜ ਦੇ ਵਿੱਚ ਵੀ ਅਸੀਂ ਸਟੂਡੈਂਟ ਨੂੰ ਐਡਮਿਸ਼ਨ ਦਿੰਦੇ ਹਾਂ ਉਹ ਵੀ ਲੈਵਲ 1 ਦੇ ਕਾਲਜ ਨੇ ਇਜ਼ ਇਕੁਅਲ ਟੂ ਯੂਨੀਵਰਸਿਟੀ ਨੇ ਸਰ ਓਕੇ ਸੋ ਇਹ ਜਿਹੜੇ ਕਾਲਜ ਦੇ ਤੁਸੀਂ ਲੈਵਲ 1 ਜਿੱਦਾਂ ਤੁਸੀਂ ਦੱਸਿਆ ਇਹ ਲੈਵਲ 1 ਦਾ ਇਹਨਾਂ ਦਾ ਕੀ ਫਰਕ ਹੁੰਦਾ ਕਿੰਨੇ ਲੈਵਲ ਹੁੰਦੇ ਨੇ ਟੋਟਲ ਸਰ ਆਸਟ੍ਰੇਲੀਆ ਦੇ ਵਿੱਚ 3 ਲੈਵਲ ਦੇ ਕਾਲਜ ਐਂਡ ਯੂਨੀਵਰਸਿਟੀਜ਼ ਹੈਗੇ ਨੇ ਲੈਵਲ 1 ਲੈਵਲ 2 ਅਤੇ ਲੈਵਲ 3 ਲੈਵਲ 1 ਦੇ ਵਿੱਚ ਸਾਨੂੰ ਇੱਕ ਤਾਂ ਸਕਸੈਸ ਰੇਟ ਬਹੁਤ ਹਾਈ ਹੁੰਦੇ ਆ ਨੰਬਰ 2 ਡਾਕੂਮੈਂਟੇਸ਼ਨ ਉਹਦੇ ਵਿੱਚ ਬਹੁਤ ਘੱਟ ਹੁੰਦੀ ਹੈ ਨੰਬਰ 3 ਲੈਵਲ 1 ਦੇ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀਜ਼ ਦੇ ਵਿੱਚ ਜੇਕਰ ਅਸੀਂ ਫੰਡ ਵੀ ਨਾ ਦਿਖਾਈਏ ਓਲਡ ਫੰਡ ਨਾ ਦਿਖਾਈਏ ਨਵੇਂ ਵੀ ਫੰਡ ਹੁੰਦੇ ਤਾਂ ਵੀ ਉਹ ਚੱਲ ਜਾਂਦੇ ਨੇ ਸੋ ਸਾਨੂੰ ਪੁਰਾਣੇ ਫੰਡ ਦਿਖਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੀ ਕਿ ਸਭ ਤੋਂ ਜ਼ਿਆਦਾ ਪ੍ਰੋਬਲਮਸ ਆਉਂਦੀ ਹੈ ਕਿ ਸਟੂਡੈਂਟ ਦੇ ਕੋਲ ਪੁਰਾਣੇ ਓਲਡ ਫੰਡ ਨਹੀਂ ਹੁੰਦੇ ਬੇਸਿਕਲੀ ਓਕੇ ਸੋ ਲੈਵਲ 1 ਦਾ ਜਿੱਦਾਂ ਤੁਸੀਂ ਕਿਹਾ ਕਿ ਸਕਸੈਸ ਰੇਟ ਜ਼ਿਆਦਾ ਹੁੰਦਾ ਇਹਦਾ ਅਤੇ ਡਾਕੂਮੈਂਟੇਸ਼ਨ ਬਹੁਤ ਘੱਟ ਚਾਹੀਦੀ ਹੈ ਬਹੁਤ ਘੱਟ ਪਰ ਇਹਦੀ ਕੋਈ ਖਾਸ ਕੁਛ ਐਲੀਜੀਬਿਲਟੀ ਹੁੰਦੀ ਹੈ ਕਿ ਬੱਚਾ ਕੋਈ ਸਪੈਸੀਫਿਕ ਬੱਚਾ ਹੀ ਲੈਵਲ 1 ਕਰ ਸਕਦਾ ਹੈ ਨਹੀਂ ਸਰ ਇੱਦਾਂ ਕੋਈ ਐਲੀਜੀਬਿਲਟੀ ਨਹੀਂ ਹੈਗੀ ਇਹ ਜੋ ਲੈਵਲ 1 ਜਾਂ ਲੈਵਲ 2 ਦੇ ਵਿੱਚ ਜੋ ਸਟੂਡੈਂਟ ਨੂੰ ਅਸੀਂ ਐਡਮਿਸ਼ਨ ਦਿੰਦੇ ਹਾਂ ਉਹ ਬਿਲਕੁਲ ਅਸੀਂ ਡਿਸਾਈਡ ਕਰਦੇ ਹਾਂ ਕਿ ਕਿਹੜੇ ਸਟੂਡੈਂਟ ਨੂੰ ਲੈਵਲ 1 ਦੇ ਵਿੱਚ ਕਰਨਾ ਹੈ ਪਾਰਟੀਕੂਲਰ ਇੱਦਾਂ ਨਹੀਂ ਹੈਗਾ ਕਿ ਜੇ ਤੁਹਾਡੀ ਵੀ ਸਪੈਸ਼ਲ ਇਹ ਐਲੀਜੀਬਿਲਟੀ ਚਾਹੀਦੀ ਹੈ ਜਿਹੜਾ ਸਟੂਡੈਂਟ 2019-20 ਜਾਂ 21 ਪਾਸ ਆਊਟ ਹੈ ਓਵਰਆਲ ਪਰਸੈਂਟੇਜ ਉਹਦੀ ਅਕੈਡਮਿਕ ਦੇ ਵਿੱਚ 12th ਦੇ ਵਿੱਚ 50 ਹੈ ਅਤੇ ਆਇਲ ਸਕੋਰ 5.5 ਨੋਟ ਲੈਸ ਦੈਨ 5 ਹੈ ਉਹ ਸਟੂਡੈਂਟ ਲੈਵਲ 1 ਦੇ ਲਈ ਕੁਆਲੀਫਾਈ ਹੈਗਾ ਅਸੀਂ ਉਹਨੂੰ ਲੈਵਲ 1 ਦੇ ਕਾਲਜ ਦੇ ਵਿੱਚ ਐਡਮਿਸ਼ਨ ਦਿੰਦੇ ਹਾਂ ਠੀਕ ਹੈ ਇਹਦੇ ਵਿੱਚ ਆਇਲਟਸ ਅਤੇ PTE ਚੱਲਦਾ ਜਾਂ ਕੋਈ ਹੋਰ ਵੀ ਇੰਗਲਿਸ਼ ਦਾ ਟੈਸਟ ਚੱਲਦਾ ਨਹੀਂ ਸਰ ਆਇਲਟਸ ਅਤੇ PTE ਦੋਨੋਂ ਹੀ ਵੈਲਿਡ ਹੈ ਜੀ ਠੀਕ ਹੈ ਕੀ ਮਿਨੀਮਮ ਸਕੋਰ ਚਾਹੀਦਾ ਲੈਵਲ 1 ਮਿਨੀਮਮ ਸਰ 5.5 ਨੋਟ ਲੈਸ ਦੈਨ 5 ਓਕੇ ਓਕੇ ਅਤੇ ਜਿੱਦਾਂ ਕਿ ਆਪਾਂ ਪਹਿਲਾਂ ਵੀਡੀਓਜ਼ ਬਣਾਈਆਂ ਨੇ ਕਿ ਆਪਾਂ ਜੋ ਫੀਸ ਆਲ ਫੀਸ ਆਫਟਰ ਵੀਜ਼ਾ ਕਰਦੇ ਹਾਂ ਪਰ ਕੁਛ ਬੱਚਿਆਂ ਦੇ ਸਵਾਲ ਹੁੰਦੇ ਨੇ ਕਿ ਤੁਹਾਡੇ ਕੋਈ ਪਰਚੀ ਤਾਂ ਨਹੀਂ ਹੈਗੀ ਪਹਿਲਾਂ ਕੋਈ 15,000-20,000 ਤੁਸੀਂ ਪਹਿਲਾਂ ਲੈਂਦੇ ਹੋ ਸਰ ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਸਰ ਅਸੀਂ ਐਪਲੀਕੇਸ਼ਨ ਇਕੱਠੀਆਂ ਨਹੀਂ ਕਰਨੀਆਂ ਬੇਸਿਕਲੀ ਅਸੀਂ ਕਿਸੇ ਤਰੀਕੇ ਦੀ ਜਵਾਕ ਦੇ ਸਟੂਡੈਂਟ ਦੀ ਕੋਈ ਪਰਚੀ ਨਹੀਂ ਕੱਟਣੀ ਕਿ ਸਾਡੇ ਕੋਈ ਸਟੂਡੈਂਟ ਆ ਗਿਆ ਉਹਦੇ ਕੋਲ 5,000 ਦੀ 10,000 ਦੀ ਜਾਂ 20,000 ਦੀ ਪਰਚੀ ਕੱਟ ਲਓ ਅਸੀਂ ਸਟੂਡੈਂਟ ਤੋਂ ਇੱਕ ਨਿੱਕਾ ਪੈਸਾ ਨਹੀਂ ਲੈਣਾ ਜਦ ਤੱਕ ਸਟੂਡੈਂਟ ਦਾ ਵੀਜ਼ਾ ਨਹੀਂ ਆਉਂਦਾ ਮੈਂ ਤੁਹਾਨੂੰ ਇਹ ਔਨ ਵੀਡੀਓ ਰਿਕਾਰਡ ਦੱਸ ਰਿਹਾ ਕਿ ਤੁਸੀਂ ਸਾਨੂੰ ਇੱਕ ਨਿੱਕਾ ਪੈਸਾ ਨਹੀਂ ਦੇਣਾ ਜਦ ਤੱਕ ਤੁਹਾਡਾ ਵੀਜ਼ਾ ਗ੍ਰਾਂਟ ਨਹੀਂ ਹੁੰਦਾ ਅਤੇ ਇੱਕ ਗੱਲ ਹੋਰ ਅਮਰਜੀਤ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਆਪਾਂ ਕਿਹੜੇ ਇਨਟੇਕ ਲਈ ਬੱਚਿਆਂ ਦੀ ਐਡਮਿਸ਼ਨ ਅਪਲਾਈ ਕਰ ਰਹੇ ਹਾਂ ਸਰ ਕਰੰਟਲੀ ਜੋ ਅਸੀਂ ਐਡਮਿਸ਼ਨ ਪਾ ਰਹੇ ਹਾਂ ਉਹ ਫੈਬ ਇਨਟੇਕ 22 ਦੇ ਲਈ ਅਸੀਂ ਪ੍ਰੋਸੀਡ ਕਰ ਰਹੇ ਹਾਂ ਅਤੇ ਸਟੂਡੈਂਟਸ ਦੇ ਡਿਸੀਜ਼ਨ ਵੀ ਬਹੁਤ ਜਲਦੀ ਆ ਰਹੇ ਨੇ ਕੁਛ ਕੁ ਬੱਚੇ ਇੱਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਦੀ ਆਇਲਟਸ ਜਾਂ PTE ਉਹਨਾਂ ਦੀ 1 ਮਹੀਨੇ ਜਾਂ 2 ਮਹੀਨੇ ਦੇ ਵਿੱਚ ਐਕਸਪਾਇਰ ਹੋਣ ਵਾਲੀ ਹੁੰਦੀ ਹੈ ਸੋ ਕੀ ਉਹਨਾਂ ਕੋਲ ਮੌਕਾ ਹੈ ਕਿ ਉਹ ਵੀ ਅਪਲਾਈ ਕਰ ਸਕਦੇ ਨੇ ਸਰ ਅਕਸਰ ਸਾਡੇ ਕੋਲ ਸਟੂਡੈਂਟਾਂ ਦੇ ਸਵਾਲ ਆਉਂਦੇ ਆ ਕਿ ਸਾਡੀ ਆਇਲਟਸ 1 ਮਹੀਨੇ ਤੱਕ ਵੈਲਿਡ ਰਹੇਗੀ ਤਾਂ ਇੱਦਾਂ ਦੇ ਜਿਹੜੇ ਸਟੂਡੈਂਟ ਨੇ ਉਹ ਡੈਫੀਨੇਟਲੀ ਫੈਬ ਇਨਟੇਕ ਦੇ ਲਈ ਅਪਲਾਈ ਕਰ ਸਕਦੇ ਨੇ ਅਸੀਂ ਰੀਸੈਂਟਲੀ ਤੁਹਾਡੇ ਨਾਲ ਇੱਕ ਵੀਜ਼ਾ ਸ਼ੇਅਰ ਕੀਤਾ ਸੀਗਾ ਉਹ ਸਟੂਡੈਂਟ ਦੀ ਆਇਲਟਸ ਅਜੇ 5 ਦਿਨ ਤੱਕ ਐਕਸਪਾਇਰ ਹੋਣੀ ਸੀ ਜਿਸ ਦਿਨ ਅਸੀਂ ਸਬਮਿਟ ਕੀਤੀ ਉਸ ਤੋਂ 3 ਦਿਨ ਬਾਅਦ ਉਹਦਾ ਵੀਜ਼ਾ ਗ੍ਰਾਂਟ ਆ ਗਿਆ ਅਤੇ 2 ਦਿਨ ਬਾਅਦ ਉਹਦੀ ਆਇਲਟਸ ਐਕਸਪਾਇਰ ਹੋ ਗਈ ਸੋ ਜਿਹੜੇ ਸਟੂਡੈਂਟਾਂ ਦੀ ਆਇਲਟਸ ਅਜੇ ਤੱਕ 15 ਦਿਨ 20 ਦਿਨ ਜਾਂ 1 ਮਹੀਨੇ ਤੱਕ ਵੈਲਿਡ ਹੈ ਉਹ ਸਟੂਡੈਂਟ ਆਸਟ੍ਰੇਲੀਆ ਦੇ ਲਈ ਫੈਬ ਇਨਟੇਕ ਦੇ ਲਈ ਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਨੇ ਜਿੱਦਾਂ ਚਲੋ ਹੁਣ ਆਪਾਂ ਪਿਛਲੀ ਵੀਡੀਓ 'ਚ ਇੱਕ ਦੱਸਿਆ ਵੀ ਸੀ ਕਿ ਆਸਟ੍ਰੇਲੀਆ ਓਪਨ ਹੋਣ ਜਾ ਰਿਹਾ ਹੈ ਆਸਟ੍ਰੇਲੀਆ ਫਲਾਈਟਸ ਸਟਾਰਟ ਵੀ ਹੋ ਚੁੱਕੀਆਂ ਨੇ ਬਟ ਇੰਟਰਨੈਸ਼ਨਲ ਸਟੂਡੈਂਟਸ ਦਾ ਹਜੇ ਕੁਛ ਡਿਸਾਈਡ ਨਹੀਂ ਹੋਇਆ ਕਿ ਕਦੋਂ ਤੱਕ ਫਲਾਈ ਕਰਨਾ ਸੋ ਇਹ ਤਾਂ ਨਹੀਂ ਹੋਏਗਾ ਕਿ ਪਿਛਲੀ ਵਾਰ ਦੀ ਤਰ੍ਹਾਂ ਵੀਜ਼ਾ ਆ ਜਾਣਗੇ ਬਟ ਬੱਚਾ ਇੱਥੇ ਪੜ੍ਹੀ ਜਾਏਗਾ ਔਨਲਾਈਨ ਕੋਈ ਇੱਦਾਂ ਦਾ ਕੋਈ ਕੁਛ ਹੈ ਸਰ ਵੈਸੇ ਤਾਂ ਹੁਣ ਹਰੇਕ ਪ੍ਰੋਵਿੰਸ ਦੇ ਅਕੋਰਡਿੰਗ ਜੋ ਹੈ ਉਹਨਾਂ ਨੇ ਸਟਾਰਟ ਕਰ ਦਿੱਤਾ ਹੈ ਜਿਵੇਂ NSW ਦਾ ਸਟਾਰਟ ਕਰ ਦਿੱਤਾ ਉਸ ਤੋਂ ਬਾਅਦ ਜੋ ਹੈ ਹੋਰ ਪ੍ਰੋਵਿੰਸ ਦੇ ਵੀ ਸਟਾਰਟ ਕਰਨਗੇ ਅਤੇ ਵੈਰੀ ਸੂਨ ਜੋ ਹੈ ਸਾਊਥ ਆਸਟ੍ਰੇਲੀਆ ਨੂੰ ਵੀ ਸਟਾਰਟ ਕਰ ਦਿੱਤਾ ਜਾਵੇਗਾ ਅਸੀਂ 100% ਲੈ ਕੇ ਚੱਲਦੇ ਹਾਂ ਕਿ 1st week of December ਤੋਂ ਆਸਟ੍ਰੇਲੀਆ ਪੂਰੇ ਆਸਟ੍ਰੇਲੀਆ ਦੀਆਂ ਫਲਾਈਟ ਸਟਾਰਟ ਹੋ ਜਾਣਗੀਆਂ
ਬਟ ਇਨ ਕੇਸ ਜੇਕਰ ਕੋਈ ਵੀ ਸਰਕਮਸਟਾਂਸਿਸ ਦੇ ਕਰਕੇ ਫਲਾਈਟਸ ਨਹੀਂ ਓਪਨ ਹੁੰਦੀਆਂ ਤਾਂ ਸਟੂਡੈਂਟ ਜੋ ਹੈ ਉਹ ਔਨਲਾਈਨ ਕਲਾਸਿਸ ਨਹੀਂ ਲਊਗਾ, ਉਹ ਔਨ ਕੈਂਪਸ ਹੀ ਜਾ ਕੇ ਕਲਾਸ ਸਟਾਰਟ ਕਰੂਗਾ। ਉਹਨੂੰ ਕੋਈ ਵੀ ਔਨਲਾਈਨ ਕਲਾਸ ਜੁਆਇਨ ਕਰਨ ਦੀ ਜ਼ਰੂਰਤ ਨਹੀਂ ਹੈ, ਚਾਹੇ ਉਹਨੂੰ 2 ਮਹੀਨੇ ਲੱਗੇ, ਚਾਹੇ ਉਹਨੂੰ 6 ਮਹੀਨੇ ਲੱਗੇ, ਚਾਹੇ 1 ਸਾਲ ਲੱਗੇ, ਸਟੂਡੈਂਟ ਕੋਈ ਔਨਲਾਈਨ ਕਲਾਸ ਨਹੀਂ ਲਊਗਾ, ਔਨ ਕੈਂਪਸ ਹੀ ਕਲਾਸਿਸ ਸ਼ੁਰੂ ਹੋਣਗੀਆਂ। ਸੋ ਅਤੇ ਇੱਕ ਗੱਲ ਹੋਰ, ਜਿੱਦਾਂ ਕਿ ਸੀਬਰਡ ਦੀ ਪਛਾਣ ਹੈ ਸ਼ੁਰੂ ਤੋਂ ਹੀ, ਜੇ ਬੱਚਿਆਂ ਨੂੰ ਪ੍ਰੀ ਲੈਂਡਿੰਗ ਸਰਵਿਸਿਸ ਤਾਂ ਦਿੰਦੇ ਹੀ ਦਿੰਦੇ ਨੇ, ਪੋਸਟ ਲੈਂਡਿੰਗ ਸਰਵਿਸਿਸ ਵੀ ਦਿੰਦੇ ਨੇ, ਪਰ ਹੁਣ ਲੋਕਡਾਊਨ ਦੇ ਬਾਅਦ 'ਚੋਂ ਕੁਛ ਇੱਦਾਂ ਦਾ ਕੁਛ ਖਾਸ ਹੈ ਜੋ ਆਪਾਂ ਵੀਜ਼ਾ ਆਉਣ ਦੇ ਬਾਅਦ 'ਚੋਂ ਬੱਚੇ ਨੂੰ ਆਪਾਂ ਆਪਣੇ ਵੱਲੋਂ ਪ੍ਰੋਵਾਈਡ ਕਰਦੇ ਹੋਈਏ? ਸਰ ਸਾਡੀ ਜਿਹੜੀ ਸਰਵਿਸਿਸ ਨੇ ਇੱਕ ਏਜੰਟ ਦੀਆਂ, ਉਹ ਵੀਜ਼ਾ ਲੈਣ ਤੱਕ ਹੁੰਦੀਆਂ ਨੇ, ਬਟ ਸੀਬਰਡ ਨੂੰ ਸਿਰਫ ਇਸੇ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਸਾਡੀ ਜਿਹੜੀ ਮੇਨ ਸਰਵਿਸ ਆ ਉਹ ਵੀਜ਼ਾ ਆਉਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਅੱਜ ਕਿਉਂਕਿ ਸਾਡਾ ਸਟੂਡੈਂਟਸ ਦਾ ਗਰੁੱਪ ਜਾਂਦਾ ਹੈ ਜਦੋਂ ਵੀ ਜਾਂਦਾ, ਹੁਣ ਵੀ 72 ਸਟੂਡੈਂਟਸ ਦੇ ਵੀਜ਼ਾ ਗ੍ਰਾਂਟ ਹੋਏ ਨੇ, ਅਤੇ ਜਿਵੇਂ ਹੀ ਫਲਾਈਟਸ ਓਪਨ ਹੋਣਗੀਆਂ ਅਸੀਂ ਸਟੂਡੈਂਟ ਨੂੰ ਆਪ ਨਾਲ ਲੈ ਕੇ ਜਾਵਾਂਗੇ। ਦਿੱਲੀ ਤੱਕ ਉਹਨਾਂ ਦੇ ਪੇਰੈਂਟਸ ਜਾਣਗੇ, ਦਿੱਲੀ ਤੋਂ ਅੱਗੇ ਅਸੀਂ ਜਾਂ ਬਾਈ ਹੋਣੀ ਨਾਲ ਜਾ ਕੇ ਉਹਨਾਂ ਨੂੰ ਅੱਗੇ ਐਡੀਲੇਡ ਜਾਂ ਪਰਥ ਜਾਂ ਮੈਲਬਰਨ ਜਾਂ ਸਿਡਨੀ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉੱਥੇ ਇਨੀਸ਼ੀਅਲੀ ਰਹਿਣ ਲਈ ਜਿਹੜਾ ਹੈ ਉਹ 15 ਤੋਂ 20 ਦਿਨ ਦੀ ਅਕੋਮੋਡੇਸ਼ਨ ਦਿੰਦੇ ਹਾਂ, ਤਾਂ ਜੋ ਜੇਕਰ ਕਿਸੇ ਸਟੂਡੈਂਟ ਦਾ ਉੱਥੇ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਨਹੀਂ ਹੈਗਾ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹ 15-20 ਦਿਨਾਂ ਦੇ ਵਿੱਚ ਸਟੂਡੈਂਟ ਆਪਣੀ ਅਕੋਮੋਡੇਸ਼ਨ ਸਰਚ ਕਰ ਲੈਂਦਾ। ਉਸ ਤੋਂ ਬਾਅਦ ਰਹਿ ਗਈ ਗੱਲ ਪਾਰਟ ਟਾਈਮ ਵਰਕ ਦੀ, ਉਹਦੇ ਵਿੱਚ ਅਸੀਂ ਸਟੂਡੈਂਟ ਨੂੰ ਪੂਰਾ ਅਸਿਸਟ ਕਰਦੇ ਹਾਂ। ਸਟੂਡੈਂਟ ਦੇ ਪੇਰੈਂਟਸ ਕਦੇ ਵੀ ਆ ਕੇ ਸਾਡੇ ਕੋਲ ਪੁੱਛ ਸਕਦੇ ਆ ਕਿ ਸਾਡਾ ਸਟੂਡੈਂਟ ਕਿਹੜੇ ਦਿਨ ਕਾਲਜ ਗਿਆ, ਕਿਹੜੇ ਦਿਨ ਨਹੀਂ ਗਿਆ, ਉਹਨਾਂ ਨੂੰ ਇੱਕ ਇੱਕ ਚੀਜ਼ ਦੀ ਰਿਪੋਰਟ ਸਾਡੇ ਕੋਲੋਂ ਮਿਲ ਜੂਗੀ। ਅਤੇ ਸਟੂਡੈਂਟ ਦਾ ਸਟੂਡੈਂਟ ਵੀਜ਼ਾ ਤੋਂ ਲੈ ਕੇ PR ਤੱਕ ਅਸੀਂ ਉਹਦੀ 100% ਹੈਲਪ ਕਰਾਂਗੇ। ਅੱਜ ਵੀ ਸਾਡੇ ਕੋਲ, ਮੈਂ ਤੁਹਾਨੂੰ ਇੱਦਾਂ ਦੇ ਬਹੁਤ ਸਾਰੇ ਐਗਜ਼ਾਮਪਲ ਦੇ ਸਕਦੇ ਹਾਂ ਜਿਨ੍ਹਾਂ ਦੀ ਅਸੀਂ 2007 ਦੇ ਵਿੱਚ ਅਸੀਂ ਸਟੂਡੈਂਟਾਂ ਨੂੰ ਭੇਜਿਆ ਸੀ, ਅਤੇ ਅੱਜ ਉਹ PR ਹੋ ਗਏ, ਪੱਕੇ ਹੋ ਗਏ, ਅਤੇ ਕਿੰਨੇ ਰਿਸ਼ਤੇਦਾਰ ਅਸੀਂ ਉਹਨਾਂ ਦੇ ਭੇਜ ਚੁੱਕੇ ਹਾਂ। ਠੀਕ ਹੈ ਜੀ, ਬੇਸਿਕ ਕੁਐਸਚਨ ਬੱਚੇ ਦੇ ਇਹੀ ਹੁੰਦੇ ਨੇ ਜੀ। ਤਕਰੀਬਨ ਉਮੀਦ ਕਰਦੇ ਹਾਂ ਕਿ ਅਸੀਂ ਵੀਡੀਓ ਦੇ ਵਿੱਚ ਸਾਰੇ ਹੀ ਸਵਾਲਾਂ ਨੂੰ ਅਸੀਂ ਉਹਦਾ ਆਂਸਰ ਅਸੀਂ ਪ੍ਰੋਪਰ ਦੇ ਚੁੱਕੇ ਹਾਂ। ਫਿਰ ਵੀ ਅਗਰ ਤੁਹਾਨੂੰ ਕੋਈ ਲੱਗਦਾ ਕਿ ਤੁਹਾਡਾ ਕੋਈ ਹੋਰ ਸਵਾਲ ਹੈ ਜਿਹਦਾ ਤੁਸੀਂ ਜਵਾਬ ਸਾਡੇ ਤੋਂ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਜਾਂ ਤਾਂ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ 10 ਫੇਸ ਮੋਹਾਲੀ ਦੇ ਵਿੱਚ, ਜਾਂ ਤੁਸੀਂ ਸਾਨੂੰ 78704 78704 'ਤੇ ਕੰਟੈਕਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਅਮਰਜੀਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।